ਹਾਜ਼ਰ ਹਾਂ ਦੋਸਤੋ ਤੁਹਾਡੇ ਸਾਹਮਣੇ ਪ੍ਰਸਿੱਧ ਕਹਾਣੀਕਾਰ ਸਰਦਾਰ ਗੁਰਦੇਵ ਸਿੰਘ ਰੋਪਾਣਾ ਹੋਰਾਂ ਦੀ ਲਿਖੀ ਹੋਈ ਕਹਾਣੀ ਹੈ ਹਵਾ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਮਦਨ ਤਰਬਕ ਪਿਆ ਅੱਖਾਂ ਦੇ ਪਿੱਛੇ 6-7 ਮਹੀਨੇ ਦਾ ਬੱਚਾ ਮੂਦੇ ਮੂੰਹ ਪਿਆ ਰੋ ਰਿਹਾ ਸੀ ਕਦੀ ਉਹਦਾ ਮੂੰਹ ਧਰਤੀ ਵਿੱਚ ਗੱਡਿਆ ਜਾਂਦਾ ਕਦੀ ਉਹ ਸਰ ਨੂੰ ਉੱਪਰ ਚੁੱਕ ਲੈਂਦਾ ਕਦੀ ਉਹਦੇ ਰੋਣ ਦੀ ਆਵਾਜ਼ ਮੱਧਮ ਸੁਣਦੀ ਕਦੀ ਉੱਚੀ ਮਦਨ ਨੇ ਗੱਡੀ ਖੜੀ ਕਰ ਦਿੱਤੀ ਬੱਚੇ ਨੂੰ ਚੁੱਕ ਕੇ ਆਪਣੀ ਪਗੜੀ ਦੇ ਲੰਮੇ ਲੜ ਨਾਲ ਉਹਦਾ ਮੂੰਹ ਪੂੰਝਿਆ ਫਿਰ ਉਹਨੇ ਇਹ ਪਤਾ ਕੀਤਾ ਉਹ ਮੁੰਡਾ ਸੀ ਜਾਂ ਕੁੜੀ ਉਹ ਕੁੜੀ ਨਿਕਲੀ ਬੱਚੀ ਉਹਦੇ ਵੱਲ ਵੇਖਣ ਲੱਗ ਪਈ ਕੋਲ ਹੀ ਦੁੱਧ ਚਿੱਟਾ ਬੁਰਕਾ ਈਓ ਪਿਆ ਸੀ ਜਿਵੇਂ ਹਨੇਰੀ ਨਾਲ ਉੱਡ ਕੇ ਆਇਆ ਹੋਵੇ ਕੋਈ ماں ਸੱਟ ਕੇ ਭੱਜ ਗਈ ਵਿਚਾਰੀ ਨੂੰ ਉਹਨੇ ਸੋਚਿਆ ਕਿ ਹੋ ਜੇ ਚੰਦਰੀ ਬਾ ਵਗ ਗਈ ਆ ਮਾਮਾ ਤੋਂ ਬੱਚੇ ਨਹੀਂ ਸੰਭਾਲੇ ਜਾਂਦੇ ਉਸਨੇ ਬੱਚੀ ਦੀਆਂ ਬਾਹਾਂ ਖੋਲ ਕੇ ਆਪਣੇ ਗਲਦਵਾਲੇ ਵੱਲ ਲਈਆਂ ਸਾਹਮਣੇ ਛੋਟੇ ਜਿਹੇ ਖਾੜ ਵਿੱਚ ਆਦਮੀ ਪਿਆ ਹੋਇਆ ਦਿਸਿਆ ਅੱਗੇ ਹੋ ਕੇ ਵੇਖਿਆ ਤਾਂ ਉਹ Laash ਸੀ ਮੱਥੇ ਉੱਤੇ ਕਾਲੀ ਸਿਆਹੀ ਨਾਲ ਖੁਣਿਆ ਹੋਇਆ ਚੰਦ ਤੇ ਤਾਰਾ ਚਿਹਰੇ ਉੱਤੇ ਪੀੜ ਦੀਆਂ ਲੀਕਾਂ ਖਿੱਚੀਆਂ ਹੋਈਆਂ ਸਨ ਜਿਸ ਕਰਕੇ ਚੰਦ ਤੇ ਤਾਰੇ ਦਾ ਰੂਪ ਵਿਗੜਿਆ ਹੋਇਆ ਸੀ ਪੇਟ ਵਿੱਚੋਂ ਆਂਦਰਾਂ ਦਾ ਗੁੱਛਾ ਬਾਹਰ ਲੰਮਕ ਰਿਹਾ ਸੀ ਪੈਰਾਂ ਕੋਲੋਂ ਜ਼ਮੀਨ ਪੁੱਟੀ ਹੋਈ ਸੀ ਜਾਨ ਨਿਕਲਣ ਵੇਲੇ ਤੜਫਦਾਰਿਆ ਹੋਵੇਗਾ ਹਾਂ ਸਿਆਰੇ ਪਿਓ ਨੂੰ ਮਾਰ ਕੇ ਸੱਟ ਗਏ ਮਾਂ ਨੂੰ ਉਡਾਲ ਕੇ ਲੈ ਗਏ ਤੇ ਇਸ ਜਵਾਕੜੀ ਨੂੰ ਰੋਲ ਦਾ ਛੱਡ ਗਏ। ਉਹਦੇ ਆਉਣ ਤੋਂ ਪਹਿਲਾਂ ਜੋ ਵਾਪਰਿਆ ਸੀ ਉਹਨੇ ਉਸ ਦਾ ਅੰਦਾਜ਼ਾ ਲਾ ਕੇ ਕਿਆ। ਬੱਚੀ ਦਾ ਮਹਾਦਰਾ ਆਪਣੇ ਅੱਬਾ ਨਾਲ ਮਿਲਦਾ ਸੀ। ਫੇਰ ਵੀ ਚਿੱਟੇ ਬੁਰਕੇ ਵੱਲ ਵੇਖ-ਵੇਖ ਉਹਨੂੰ ਖਿਆਲ ਆ ਰਿਹਾ ਸੀ ਕਿ ਬੱਚੀ ਦੀ ਮਾਂ ਬਹੁਤ ਸੋਹਣੀ ਹੋਵੇਗੀ। ਉਹਦੀ ਸੁੰਦਰਤਾ ਹੀ ਉਹਦੇ ਖਾਵੰਦ ਦੀ ਦੁਸ਼ਮਣ ਬਣ ਗਈ ਹੋਵੇਗੀ। ਉਹ ਆਪ ਤਾਂ ਹੌਲੀ-ਹੌਲੀ ਕਿਸੇ ਦੇ ਘਰ ਨੂੰ ਆਪਣਾ ਘਰ ਕਹਿਣ ਲੱਗ ਜਾਵੇਗੀ ਤੇ ਕਿਸੇ ਨੂੰ ਆਪਣਾ ਘਰ ਵਾਲਾ ਉਹਦੇ ਹੋਰ ਨਿਆਣੇ ਹੋ ਜਾਣਗੇ ਤੇ ਖਬਰੇ ਇਸ ਬੱਚੀ ਨੂੰ ਵੀ ਉਹ ਭੁੱਲ ਜਾਵੇ ਪਰ ਜੇ ਉਹ ਮਾਂ ਦੇ ਨਾਲ ਬੱਚੀ ਨੂੰ ਵੀ ਲੈ ਜਾਂਦੇ ਤਾਂ ਕੀ ਹਰਜ ਸੀ ਬੱਚੇ ਰੱਬ ਦਾ ਰੂਪ ਹੁੰਦੇ ਨੇ ਬੱਚਿਆਂ ਸਾਹਮਣੇ ਆਦਮੀ ਪਾਪ ਕਰਨ ਤੋਂ ਡਰਦਾ ਮਦਨ ਨੂੰ ਮਾਂ ਦੀ ਕਹੀ ਗੱਲ ਯਾਦ ਆ ਗਈ ਤੇ ਜੋ ਉਹ ਕਰਕੇ ਗਏ ਨੇ ਉਹ ਕਿਹੜਾ ਪੁੱਨ ਸੀ ਫੇਰ ਉਹਨੂੰ ਮਾਂ ਦੀ ਗੱਲ ਝੂਠੀ ਜਾਪੀ ਬੱਚੀ ਫੇਰ ਰੋਣ ਲੱਗ ਪਈ ਦੁਰਗੀ ਵੀ ਆਦੀ ਹੁੰਦੀ ਸੀ ਰੱਬ ਇੱਕ ਧੀ ਤਾਂ ਮੈਨੂੰ ਜ਼ਰੂਰ ਦਿੰਦਾ ਦੁੱਖ ਸੁੱਖ ਕਰਨ ਵਾਸਤੇ ਲਓ ਰੱਬ ਨੇ ਉਹਦੇ ਵਾਸਤੇ ਧੀ ਘੱਲ ਦਿੱਤੀ ਹੈ ਹਾਲੇ ਇਹਨੂੰ ਕੀ ਪਤਾ ਨਾ ਇਹ Hindu ਨਾ ਮੁਸਲਮਾਨ ਬਿੱਲੂ ਨਾਲ ਖੇਡਦੀ ਫਿਰੂਗੀ ਇਕੱਠੇ ਦੋਵੇਂ ਭੈਣ ਭਰਾ ਮਦਨ ਦੀ ਬੀਵੀ ਦੁਰਗੀ ਦੇ ਤਿੰਨ ਬੱਚੇ ਹੋਏ ਸਨ ਤਿੰਨੇ ਆਪਰੇਸ਼ਨ ਨਾਲ ਦੋ ਮਰ ਗਏ ਬਿੱਲੂ ਬਚ ਗਿਆ ਸੀ ਬਿੱਲੂ ਦੇ ਪੈਦਾ ਹੋਣ ਵੇਲੇ ਡਾਕਟਰ ਨੇ ਕਹਿ ਦਿੱਤਾ ਸੀ ਕਿ ਦੁਰਗੀ ਫੇਰ ਗਰਭਤੀ ਹੋ ਗਈ ਤਾਂ ਉਹ ਮਰ ਜਾਵੇਗੀ ਤੇ ਦੁਰਗੀ ਦੇ ਮਨ ਵਿੱਚ ਧੀ ਵਾਸਤੇ ਸਦਰ ਬਾਕੀ ਰਹਿ ਗਈ ਸੀ ਤੂੰ ਦੁਰਗੀ ਨੂੰ ਮਾਂ ਬਣਾ ਲਵੇਂਗੀ ਉਹਨੇ ਬੱਚੇ ਨੂੰ ਬਰਚਾਉਂਦਿਆਂ ਕਿਹਾ ਤੇ ਫੇਰ ਕੱਸੀਵਲ ਉਹ ਉਹਨੂੰ ਲੈ ਤੁਰਿਆ ਪਾਣੀ ਪਿਆ ਕੇ ਉਹਨੇ ਪਰਨੇ ਦੇ ਲੜੋਂ ਗੜ ਖੋਲ ਕੇ ਉਹਦੇ ਮੂੰਹ ਵਿੱਚ ਪਾ ਦਿੱਤਾ ਤੇ ਉਸਨੂੰ ਗੱਡੀ ਵਿੱਚ ਲਟਾ ਕੇ ਗੱਡੀ ਹੱਕ ਲਈ ਦੋ ਕੁ ਫਰ ਲੰਗ ਗਿਆ ਹੋਵੇਗਾ ਕਿ ਉਹਨੂੰ ਦੋ ਹੋਰ ਲਾਸ਼ਾਂ ਦਿਸੀਆਂ ਫੇਰ ਕੁਝ ਹੋਰ ਉਹਨੇ ਸਾਹਮਣੇ ਨਜ਼ਰ ਮਾਰੀ ਤਾਂ ਸੜਕ ਲਾਸ਼ਾਂ ਨਾਲ ਭਰੀ ਪਈ ਸੀ ਉਸਨੂੰ ਮਾਂ ਦੀ ਕਹੀ ਗੱਲ ਯਾਦ ਆ ਗਈ ਮਦਨ ਤੇਰੇ ਗੱਡੀ ਚ ਚਲਾਉਣ ਵਾਲੇ ਚਾਲੇ ਨਹੀਂ ਭੇਡ ਵਾਂਗੂੰ ਨੀਵੇਂ ਪਾਈ ਰੱਖਦਾ ਨੀਵਾ ਵੇਖਣ ਨਾਲ ਅੱਧੀ ਦੁਨੀਆ ਦਿਸਦੀ ਆ ਤੇ ਅੱਜ ਉਸ ਨੂੰ ਪਹਿਲੀ ਵਾਰ ਆਪਣੀ ਨੀਵਾ ਵੇਖਣ ਦੀ ਆਦਤ ਤੇ ਗੁੱਸਾ ਆਇਆ ਜਿਉ ਕੱਸੀ ਤੋਂ ਹੀ ਸਾਹਮਣੇ ਵੇਖ ਲੈਂਦਾ ਤਾਂ ਉਹ ਪਿੱਛੇ ਹੀ ਮੁੜ ਜਾਂਦਾ ਪਰ ਜਾਂਦਾ ਕਿੱਥੇ ਕਿਸੇ ਨੇ ਉਸ ਨੂੰ ਆਪਣੇ ਘਰ ਰਾਤ ਕੱਟਣ ਦੇਣੀ ਸੀ ਹੰਸ ਰਾਜ ਨੇ ਤਾਂ ਉਹਨੂੰ ਇਹ ਕਹਿ ਕੇ ਆਪਣੀ ਦੁਕਾਨ ਵਿੱਚੋਂ ਉਠਾ ਦਿੱਤਾ ਸੀ ਕਿ ਕਾਫਲਾ ਲੰਘ ਗਿਆ ਹੈ ਹੁਣ ਕੋਈ ਡਰ ਨਹੀਂ ਲੋਕ ਡਰੇ ਹੋਏ ਸਨ ਘਰਾਂ ਦੇ ਬੂਹੇ ਬੰਦ ਸਨ ਸਾਰੇ ਬਾਜ਼ਾਰ ਵਿੱਚ ਉਹਨੂੰ ਇੱਕ ਵੀ ਬੰਦਾ ਨਜ਼ਰ ਨਹੀਂ ਸੀ ਪਿਆ ਹੋਰ ਤਾਂ ਹੋਰ ਅੱਜ ਤਾਂ ਚੁੰਗੀ ਉੱਤੇ ਰਾਮ ਲਾਲ ਵੀ ਨਹੀਂ ਸੀ ਚੁੰਗੀ ਬੰਦ ਸੀ ਨਹੀਂ ਤਾਂ ਉਹ ਉਸ ਦਾ ਕੋਈ ਬੰਨ ਸੁਭ ਕਰ ਦਿੰਦਾ ਚੁਫੇਰੇ ਲਾਸ਼ਾਂ ਹੀ ਲਾਸ਼ਾਂ ਵੇਖ ਕੇ ਉਹ ਭੰਤਰ ਗਿਆ ਉਹ ਡਰ ਗਿਆ ਪਾਣੀ ਇੱਕ ਆਵਾਜ਼ ਆਈ ਸੜਕ ਦੇ ਕਿਨਾਰੇ ਇਕ ਲਾਸ਼ ਨੇ ਉੱਠਣ ਦਾ ਯਤਨ ਕੀਤਾ ਮਦਨ ਉਹਦੇ ਕੋਲ ਚੱਲਿਆ ਗਿਆ ਪਾਣੀ ਅਸੀਂ ਮਰਦਾਨੇ ਕੇ ਹੁੰਨੇ ਆ ਭਰਾਵਾ ਬਾਬਾ ਨਾਨਕ ਤੈਨੂੰ ਤਾਰੇ ਉਹਦੇ ਸਿਰ ਵਿੱਚ ਸੱਟ ਸੀ ਪਿਛਲੇ ਪਾਸੇ ਲਹੂ ਦੀ ਛਪੜੀ ਲੱਗੀ ਪਈ ਸੀ ਅੱਧਾਕ ਉੱਠ ਕੇ ਉਹ ਫੇਰ ਡਿੱਗ ਪਿਆ ਸੜਕ ਉੱਤੇ ਘਰ ਦਾ ਬਹੁਤ ਸਮਾਨ ਖਿੰਡਿਆ ਪਿਆ ਸੀ ਆਟਾ ਗੁੰਨਣ ਵਾਲੀ ਕਨਾਲੀ ਦੇ ਠੀਕਰੇ ਟੁੱਟੀ ਹੋਈ ਸਰਾਹੀ ਇੱਕ ਚਰਖਾ ਉਖੜਿਆ ਹੋਇਆ ਕੁਝ ਸਿਲਵਰ ਦੇ ਭਾਂਡੇ ਚਿੱਬੇ ਹੋਏ ਹੋਏ ਪਿੱਤਲ ਜਾਂ ਕਾਂਸੀ ਦਾ ਕੋਈ ਬਰਤਨ ਨਹੀਂ ਸੀ ਮਦਨ ਨੇ ਇੱਕ ਸਿਲਵਰ ਦਾ ਕੋਲਾ ਸਿੱਧਾ ਕੀਤਾ ਤੇ ਛਪੜੀ ਤੋਂ ਪਾਣੀ ਲੈਣ ਉਤਰ ਪਿਆ ਕੁਝ ਲਾਸ਼ਾਂ ਅੱਧੀਆਂ ਛਪੜੀ ਦੇ ਪਾਣੀ ਵਿੱਚ ਸਨ ਕੁਝ ਸਾਰੀਆਂ ਮਦਨ ਨੇ ਗਿਣੀਆਂ ਕੁੱਲ 30 ਲਾਸ਼ਾਂ ਸਨ ਪਾਣੀ ਵਿੱਚ ਲਹੂ ਘੁਲਿਆ ਹੋਇਆ ਸੀ ਮਦਨ ਨੇ ਕੋਈ ਸਾਫ਼ ਜੀ ਥਾਂ ਵੇਖ ਕੇ ਪਾਣੀ ਲੈਣ ਲਈ ਛਪੜੀ ਦਾ ਢੇੜਾ ਕੱਢਿਆ ਪਰ ਕਿਦਰੇ ਵੀ ਸਾਫ਼ ਪਾਣੀ ਨਹੀਂ ਸੀ ਉਸਨੇ ਨਿਉ ਕੇ ਪਾਣੀ ਦਾ ਕਟੋਰਾ ਭਰ ਲਿਆ ਕਟੋਰੇ ਵਿਚਲੇ ਪਾਣੀ ਨੂੰ ਵੇਖਿਆ ਉਹਦੇ ਵਿੱਚ ਲਹੂ ਸੀ ਫੇਰ ਪਤਾ ਨਹੀਂ ਉਹਦੇ ਦਿਲ ਵਿੱਚ ਕੀ ਆਈ ਉਹ ਕਾਲੀ ਕਾਲੀ ਉਥੋਂ ਤੁਰ ਪਿਆ ਲੈ ਵੀ ਜੇ ਤੇਰੀ ਬਦੀ ਹੋਈ ਆ ਤਾਂ ਕਿਸੇ ਤਣਪਤਨ ਲੱਗ ਜਾਏਗਾ ਇਸ ਪਾਣੀ ਵਿੱਚ ਤੇਰੇ ਵਰਗਿਆਂ ਦਾ ਲਹੂ ਰਲਿਆ ਹੋਇਆ ਹੈ ਮਦਨ ਨੇ ਉਦਾਸਰ ਪਰੇਪਈ ਪਗੜੀ ਨਾਲ ਕੱਸ ਕੇ ਬੰਨ ਦਿੱਤਾ ਆਖਰੀ ਗੰਢ ਦੇਣ ਤੋਂ ਪਹਿਲਾਂ ਹੀ ਉਹ ਉਹਦੇ ਹੱਥਾਂ ਵਿੱਚ ਲੁੜਕ ਗਿਆ ਮਦਨ ਦੇ ਅੰਦਰੋਂ ਇੱਕ ਕੰਬਣੀ ਜੀ ਛੜ ਪਈ ਤੇ ਉਹ ਤੁਰ ਪਿਆ ਪਾਣੀ ਉਸਨੇ ਮੁੜ ਕੇ ਵੇਖਿਆ ਸੜਕ ਦੇ ਦੂਜੇ ਕਿਨਾਰੇ ਇੱਕ ਲਾਸ਼ ਹੋਰ ਹਿੱਲ ਰਹੀ ਸੀ ਮਦਨ ਨੇ ਸੜਕ ਉੱਤੋਂ ਪਾਣੀ ਦਾ ਕਟੋਰਾ ਚੁੱਕਿਆ ਥੋੜਾਕ ਪਾਣੀ ਹੈ ਸੀ ਉਸੇ ਦਸਪਾਲ ਪਿਆ ਸੀ ਉਹਦੀ ਵੱਖੀ ਕੋਲੋਂ ਲਹੂ ਵਹਿ ਵਹਿ ਕੇ ਧਰਤੀ ਉੱਤੇ ਜੰਮ ਚੁੱਕਾ ਸੀ ਮਦਨ ਨੇ ਉਹਨੂੰ ਬਿਠਾ ਕੇ ਗੋਡੇ ਦਾ ਆਸਰਾ ਦੇ ਦਿੱਤਾ ਜਿੰਨਾ ਪਾਣੀ ਉਹਨੇ ਪੀਤਾ ਸਾਰਾ ਵੱਖੀ ਵਿੱਚੋਂ ਦੀ ਬਾਹਰ ਨਿਕਲ ਗਿਆ ਉਹਨੇ ਵੱਖੀ ਨੂੰ ਬੰਨ ਦੇਣ ਲਈ ਇਸ਼ਾਰਾ ਕੀਤਾ ਹੁਣ ਤੋਂ ਮੈਨੂੰ ਉਸ ਕਿਕਰ ਦੇ ਮੋਢ ਨਾਲ ਬਿਠਾ ਦੇ ਉਸਨੇ ਕਿਹਾ ਮਿਲਟਰੀ ਵਾਲੇ ਕਿਧਰੇ ਮੈਨੂੰ ਜਿਉਂਦੇ ਨੂੰ ਹੀ ਨਾ ਦੱਬ ਦੇਣ ਮਦਨ 체ਤੀ 체ਤੀ ਸਾਰਾ ਕੰਮ ਮੁਕਾ ਕੇ ਤੁਰਦਾ ਹੋਇਆ ਦਿਨ ਬਹੁਤ ਛੋਟਾ ਰਹਿੰਦਾ ਜਾਂਦਾ ਸੀ ਉਹ ਦਿਨ ਖੜੇ ਖੜੇ ਘਰ ਪਹੁੰਚਣਾ ਚਾਹੁੰਦਾ ਸੀ ਹਾਲੇ ਵੀ ਥੋੜਾ ਕੁ ਡਰ ਉਹਦੇ ਅੰਦਰ ਕਿਧਰੇ ਲੁਕਿਆ ਹੋਇਆ ਸੀ ਉਹਨੇ ਗੱਡੀ ਤੋੜ ਲਈ 15 20 ਕਦਮ ਗਿਆ ਹੋਵੇਗਾ ਕਿ ਗੱਡੀ ਦਾ ਇੱਕ ਪਹੀਆ ਇੱਕ ਲਾਸ਼ ਦੀ ਲੱਤ ਉਤੋਂ ਦੀ ਲੰਗ ਗਿਆ ਮਦਨ ਨੂੰ ਕ੍ਰੋਧ ਚੜ ਗਿਆ ਉਹਨੇ ਗੱਡੀ ਵਿੱਚੋਂ ਡਾਂਗ ਚੁੱਕੀ ਤੇ ਤਲਿਹਰ ਕੇ ਉਠਦੇ ਦੋ ਜਣ ਦਿੱਤੀਆਂ ਊਠ ਕੁਦਾੜੇ ਮਾਰਦਾ ਭੱਜ ਤੁਰਿਆ ਤੇ ਗੱਡੀ ਤਿੰਨ ਚਾਰ ਲਾਸ਼ਾਂ ਉਤੋਂ ਦੀ ਲੰਘ ਗਈ ਮਦਨ ਨੇ ਉੱਤਰ ਕੇ ਊਠ ਦੀ ਮੁਹਾਰ ਅੱਗੋਂ ਫੜ ਲਈ ਤੇ ਲਾਸ਼ਾਂ ਤੋਂ ਬਚਾ ਬਚਾ ਕੇ ਉਹ ਗੱਡੀ ਤੋੜਨ ਲੱਗਾ ਬੱਚੀ ਨੇ ਰੋਣਾ ਸ਼ੁਰੂ ਕਰ ਦਿੱਤਾ ਮਦਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਨੂੰ ਪਾਣੀ ਨਾਲ ਲੈ ਕੇ ਤੁਰਨਾ ਚਾਹੀਦਾ ਸੀ ਜਵਾਕੜੀ ਵਾਸਤੇ ਗੱਡੀ ਖੜੀ ਕਰਕੇ ਉਨੇ ਬੱਚੀ ਨੂੰ ਕੁਛੜ ਚੁੱਕ ਲਿਆ ਉਹ ਚੁੱਪ ਕਰ ਗਈ ਪਰ ਹਾਲੇ ਵੀ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੀ ਇੱਕ ਟਾਲੀ ਹੀਟ ਚਾਰ ਪੰਜ ਬੱਚੇ ਸਨ ਇੱਕ ਰੋ ਰਿਹਾ ਸੀ ਜਦੋਂ ਉਹ ਉਹਨਾਂ ਦੇ ਕੋਲ ਗਿਆ ਤਾਂ ਸਾਰਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ ਇੱਕ ਵੱਡਾ ਬੱਚਾ ਇੱਕ ਲਾਸ਼ ਨਾਲ ਜਾ ਚੰਬੜਿਆ ਡਰੋਣਾ ਮੈਂ ਮਾਰਨ ਵਾਲਾ ਨਹੀਂ ਉਸਨੇ ਕਿਹਾ ਇਹ ਤੇਰਾ ਬਾਈ ਉਨੇ ਵੱਡੇ ਬੱਚੇ ਨੂੰ ਪੁੱਛਿਆ ਬੱਚੇ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਸਭ ਬੱਚੇ ਚੁੱਪ ਹੋ ਗਏ ਮਦਨ ਖੜਾ ਸੋਚਦਾ ਰਿਹਾ ਉਹ ਉਹਨਾਂ ਨੂੰ ਹੋਰ ਕੀ ਕਹੇ ਕੁਝ ਬੱਚੇ ਸੜਕ ਦੇ ਦੂਜੇ ਪਾਸੇ ਵੀ ਕਿਕਰੇਟ ਬੈਠੇ ਸਨ ਕੁਝ ਰੋ ਰਹੇ ਸਨ ਕੋਈ ਆਪਣੀ ਮੋਈ ਪਈ ਮਾਂ ਦੀ ਛਾਤੀ ਉੱਤੇ ਸਿਰ ਰੱਖ ਕੇ ਦੁਸਖੀ ਅਸੀਂ ਪਾਸੇ ਫੱਟੜ ਪਾਣੀ ਮੰਗ ਰਹੇ ਸਨ ਉਹ ਉਹਨਾਂ ਦਾ ਕੀ ਕਰੇ ਕਿਸ ਕਿਸ ਨੂੰ ਸੰਭਾਲੇ ਕਿੱਥੋਂ ਪਾਣੀ ਲਿਆ ਕੇ ਪਿਵਾਵੇ ਉਹ ਇਕੱਲਾ ਪਿੱਛੇ ਉਹ ਲਾਸ਼ਾਂ ਦਾ ਕਾਫਲਾ ਛੱਡ ਆਇਆ ਸੀ ਅੱਗੇ ਇਸ ਤੋਂ ਵੱਡਾ ਕਾਫਲਾ ਬਾਕੀ ਸੀ ਜਿਸ ਵਿੱਚੋਂ ਦੀ ਰਾਹ ਬਣਾ ਕੇ ਉਹਨੇ ਘਰ ਪੁੱਜਣਾ ਸੀ ਦਿਨ ਖੜੇ ਖੜੇ ਪਤਾ ਨਹੀਂ ਕਿੱਥੋਂ ਤੱਕ ਇਹ ਕਾਫਲਾ ਵਿਸ਼ਿਆ ਪਿਆ ਹੋਵੇਗਾ ਜਿਉਂਦੇ ਬੰਦਿਆਂ ਦਾ ਤਾਂ 20 ਮੀਲ ਲੰਮਾ ਕਾਫਲਾ ਸੁਣਿਆ ਸੀ ਕੁਝ ਚਿਰ ਉਹ ਚੁੱਪਚਾਪ ਖੜਾ ਰਿਹਾ ਫਿਰ ਉਸਨੇ ਬੱਚੀ ਨੂੰ ਉਹਨਾਂ ਬੱਚਿਆਂ ਕੋਲ ਲਟਾ ਦਿੱਤਾ ਤੇ ਛੇਤੀ ਛੇਤੀ ਉਥੋਂ ਤੁਰਦਾ ਹੋਇਆ ਮਤੇ ਫੇਰ ਉਸ ਦਾ ਦਿਲ ਬਦਲ ਜਾਵੇ ਉਹ ਉਸੇ ਤਰ੍ਹਾਂ ਮੁਹਾਰ ਫੜੀ ਗੱਡੀ ਨੂੰ ਲਾਸ਼ਾਂ ਤੋਂ ਬਚਾ ਬਚਾ ਕੇ ਲੰਘਾਉਣ ਲੱਗਾ ਫੇਰ ਵੀ ਕਦੇ ਕਿਸੇ ਦਾ ਪੈਰ ਹੀਟ ਆ ਜਾਂਦਾ ਤੇ ਕਦੇ ਕਿਸੇ ਦੀ ਲੱਤ ਉਤੋਂ ਦੀ ਪਈਆ ਲੰਘ ਜਾਂਦਾ ਪਰ ਉਹਨੂੰ ਉਠ ਤੇ ਗੁੱਸਾ ਨਹੀਂ ਸੀ ਆ ਰਿਹਾ ਉਹਦਾ ਕੀ ਕਸੂਰ ਸੀ ਬਚਾਰੇ ਦਾ ਸਗੋਂ ਉਦਾਤਾ ਜ਼ੋਰ ਲੱਗ ਰਹੀ ਸੀ ਛਟੇ ਛਟੇ ਪਈਏ ਅੱਗੇ ਓਟਾ ਲੱਗ ਜਾਂਦਾ ਸੀ ਅੱਧ ਵਾਲੀ ਕਸੀ ਤੇ ਪਹੁੰਚ ਕੇ ਉਹਨੂੰ ਮਹਿਸੂਸ ਹੋਇਆ ਕਿ ਉਹ ਥੱਕ ਗਿਆ ਹੈ ਜਿਸ ਬਾ ਨਾਲ ਊਠ ਦੀ ਮੁਹਾਰ ਕਦੀ ਇੱਧਰ ਕਦੀ ਉੱਧਰ ਖਿੱਚਦਾ ਆਇਆ ਸੀ ਉਹ ਅੰਬ ਗਈ ਹੈ ਤੇ ਹੁਣ ਉਸ ਤੋਂ ਉਹਦਾ ਭਾਰ ਨਹੀਂ ਸੀ ਚੁੱਕਿਆ ਜਾਂਦਾ ਹੁਣ ਤੱਕ ਉਸਨੇ 2.5 ਮੀਲ ਪੰਦ ਤੈਅ ਕੀਤਾ ਸੀ ਸੜਕ ਦਾ ਇੰਨਾ ਹੀ ਸਫ਼ਰ ਬਾਕੀ ਸੀ ਤੇ ਇੱਕ ਮੀਲ ਅੱਗੇ ਕੱਚਾ ਜਿਹੜਾ ਅੱਜ ਪੱਕੀ ਸੜਕ ਨਾਲੋਂ ਸਾਫ਼ ਰਸਤਾ ਹੋਵੇਗਾ ਸੂਰਜ ਡੁੱਬ ਚੁੱਕਾ ਸੀ ਪੁਲ ਉੱਤੇ ਪਹੁੰਚ ਕੇ ਉਹਨੇ ਵੇਖਿਆ ਕਿ ਕੱਸੀ ਦਾ ਪਾਣੀ ਪਟੜੀਆਂ ਦੇ ਉੱਤੋਂ ਦੀ ਵਗ ਰਿਹਾ ਸੀ ਕੱਸੀ ਲਾਸ਼ਾਂ ਨਾਲ ਭਰੀ ਪਈ ਸੀ ਉਹਨੇ ਗੱਡੀ ਰੋਕ ਕੇ ਦੇਖਿਆ ਅਤੇ ਊਠ ਦੀਆਂ ਮਹਾਰਾਂ ਢਿੱਲੀਆਂ ਛੱਡ ਦਿੱਤੀਆਂ ਕਦੀ ਕੋਈ লাশ ਧਿਆਨ ਪੈ ਜਾਂਦੀ ਤਾਂ ਊਠ ਦੀ ਮੁਹਾਰ ਇੱਕ ਪਾਸੇ ਖਿੱਚ ਦਿੰਦਾ ਨਹੀਂ ਤਾਂ ਗੱਡੀ ਉੱਤੋਂ ਦੀ ਹੀ ਲੰਘ ਜਾਂਦੀ ਹੌਲੀ ਹੌਲੀ ਹਨੇਰਾ ਵਧਣ ਲੱਗਾ ਲਾਸ਼ਾਂ ਨਜ਼ਰੋਂ ਹਟ ਗਈਆਂ ਬਸ ਉਦੋਂ ਪਤਾ ਲੱਗਦਾ ਜਦੋਂ ਗੱਡੀ লাশ ਉੱਪਰੋਂ ਲੰਘ ਕੇ ਟੜਕ ਕਰਕੇ ਵੱਜਦੀ ਮੀਲਕ ਚੱਲਣ ਪਿੱਛੋਂ ਉਹਨੂੰ ਇਹ ਪਤਾ ਲੱਗਣ ਲੱਗ ਪਿਆ ਕਿ ਪਈਏ ਹੇਠ ਆਈ লাশ ਕਿਸੇ ਵੱਡੇ ਬੰਦੇ ਦੀ ਹੈ ਜਾਂ ਬੱਚੇ ਦੀ ਉੂਠ ਦੇ ਪੈਰਾਂ ਦੀ ਆਵਾਜ਼ ਤੋਂ ਉਹ ਜਾਣ ਜਾਂਦਾ ਕਿ ਸੜਕ ਸੁੱਕੀ ਹੈ ਜਾਂ ਲਹੂ ਲਿਬੜੀ ਹੁਣ ਉਹਦਾ ਡਰ ਬਿਲਕੁਲ ਲੱਥ ਗਿਆ ਸੀ ਤੇ ਉਸਨੇ ਉਹ ਗੀਤ ਹੌਲੀ-ਹੌਲੀ ਗਾਉਣਾ ਸ਼ੁਰੂ ਕੀਤਾ ਜਿਹੜਾ ਰਾਤ ਨੂੰ ਸਫ਼ਰ ਕਰਨ ਸਮੇਂ ਉਹ ਹਮੇਸ਼ਾ ਗਾਇਆ ਕਰਦਾ ਸੀ ਨੀ ਤੂੰ ਮਾੜੀ ਕੀਤੀ ਸਹਬਾਂ ਨੀ ਤੂੰ ਯਾਰ ਦਿੱਤਾ ਮਰਵਾਣੀ ਪਰ ਅੱਜ ਉਹਨੂੰ ਨਾ ਤਾਂ ਮਿਰਜ਼ੇ ਦੇ ਤਲਵਾਰਾਂ ਵੱਜਦੀਆਂ ਦਿਸੀਆਂ ਤੇ ਨਾ ਹੀ ਲਹੂ ਦੇ ਪ੍ਰਣਾਲੇ ਵਗਦੇ ਵਿਖਾਈ ਦਿੱਤੇ ਉਹਨੂੰ ਆਪਣਾ ਗੀਤ ਰਸਹੀਣ ਲੱਗਾ ਤੇ ਉਹਨੇ ਬੰਦ ਕਰ ਦਿੱਤਾ ਪੱਕੀ ਸੜਕ ਦਾ ਸਫਰ ਮੁਕਿਆ ਤਾਂ ਕੱਚੇ ਰਾਹ ਮੋੜ ਕੇ ਊਠ ਆਪ ਹੀ ਰੁਕ ਗਿਆ ਕੁਝ ਮਿੰਟ ਰੁਕਿਆ ਰਿਹਾ ਤੇ ਫੇਰ ਆਪ ਹੀ ਤੁਰ ਪਿਆ ਆਪਣੇ ਬੋਹੇ ਅੱਗੇ ਪਹੁੰਚਿਆ ਤਾਂ ਕਿੰਨੇ ਆਂਢੀ ਗੁਆਂਢੀ ਬੋਲ ਪਏ ਆ ਗਿਆ ਆ ਗਿਆ ਉਨਾ ਦੇ ਘਰ ਵਿੱਚੋਂ ਰੋਣ ਦੀਆਂ ਆਵਾਜ਼ਾਂ ਹੋਰ ਉੱਚੀਆਂ ਹੋ ਗਈਆਂ ਉਹ ਕੋਲ ਗਿਆ ਤਾਂ ਜੁੜੇ ਹੋਏ ਮਰਦ ਚੁੱਪ ਹੋ ਗਏ ਉਹਨੇ ਗੱਡੀ ਨਾਲੋਂ ਊਠ ਨੂੰ ਛੱਡਿਆ ਤੇ ਵੇੜੇ ਵਿੱਚ ਬੰਨ ਦਿੱਤਾ ਇੱਕ ਪਾਸੇ ਬਹੁਤ ਸਾਰੀਆਂ ਔਰਤਾਂ ਵੈਣ ਪਾ ਰਹੀਆਂ ਸਨ ਉਹਨਾਂ ਵਿੱਚੋਂ ਮਦਨ ਦੀ ਮਾਂ ਉੱਠੀ ਤੇ ਉਹਦੇ ਗੜ ਲਾ ਕੇ ਤਾਂ ਹਮਾਰਨ ਲੱਗੀ ਵੇ ਆਪਾਂ ਲੁੱਟੇ ਗਏ ਪੁੱਤਾਂ ਕੀ ਗੱਲ ਐ ਮਾਂ ਉਹਨੇ ਮਾਂ ਦੀਆਂ ਬਾਵਾ ਆਪਣੇ ਦਿਵਾਲੇ ਉਂ ਲਾ ਕੇ ਪੁੱਛਿਆ ਬਿੱਲੂ ਕੋਠੇ ਤੋਂ ਡਿੱਗ ਕੇ ਪੂਰਾ ਹੋ ਗਿਆ ਉਹਨੂੰ ਦੱਸਿਆ ਗਿਆ ਉਹ ਚੁੱਪਚਾਪ ਬੈਠ ਗਿਆ ਕੁਝ ਦੇਰ ਸਾਰੇ ਚੁੱਪ ਰਹੇ ਫੇਰ ਕਿਸੇ ਨੇ ਕਿਹਾ ਮਦਨ ਲਾਲ ਚਲੋ ਸੰਸਕਾਰ ਕਰਾਈਏ ਅਸੀਂ ਤੈਨੂੰ ਹੀ ਉਡੀਕਦੇ ਸਾਂ ਬੈਂਦਕ ਠਹਿਰੋ ਇਹ ਕੰਮ ਵੀ ਕਰ ਲੈਨੇ ਆ ਮਦਨ ਨੇ ਕਿਹਾ ਬੈਂਦਕ ਸੁਸਤਾ ਲਈਏ ਥੱਕੇ ਬਹੁਤ ਆ ਭੁੱਖ ਬਹੁ ਲੱਗੀ ਆ ਮਾਂ ਨੇ ਉਹਨੂੰ ਮੋਢਿਆਂ ਤੋਂ ਫੜ ਲਿਆ ਹਾਂ ਸਿਆਰਿਆ ਤੂੰ ਇਹਨੂੰ ਕੰਮ ਦੱਸਦਾ ਤੈਨੂੰ ਭੁੱਖ ਲੱਗੀ ਆਵੇ ਕੋਈ ਜਣਾ ਲਾਲਟਨ ਲਿਆਉ ਵੇ ਉਹ ਦਹਥੜ ਪਿੱਟਣ ਲੱਗ ਪਈ ਕੋਈ ਜਣਾ ਲਾਲਟਨ ਲੈ ਆਇਆ ਵੇ ਲੋਕੋ ਅਸੀਂ ਲੁੱਟੇ ਗਏ ਮੈਂ ਛੋਟੇ ਨੂੰ ਰੋਂਦੀ ਸਾਂ ਵੱਡੇ ਨੂੰ ਵੀ ਕੁਝ ਹੋ ਗਿਆ ਪਤਾ ਨਹੀਂ ਕੀ ਦੀ ਵਾ ਲੱਗ ਗਈ ਆ ਵੇਖੋ ਕਿਵੇਂ ਦੀਦੇ ਪਾੜ ਪਾੜ ਵੇਖੀ ਜਾਂਦਾ ਸਭ ਤੀਮੀਆਂ ਉੱਠ ਕੇ ਉਹਦੇ ਦਿਵਾਲੇ ਹੋ ਗਈਆਂ ਕੋਈ ਓਪਰੀ ਵਾ ਲੱਗਦੀ ਆ ਬਿੱਲੂ ਦੀ লাশ ਇਕੱਲੀ ਪਈ ਸੀ ਕੱਪੜੇ ਨਾਲ ਢਕੀ ਹੋਈ ਮਦਨ ਉਹਦੇ ਵੱਲ ਵੇਖ ਰਿਹਾ ਸੀ ਵੇਖੀ ਹੀ ਜਾ ਰਿਹਾ ਸੀ ਉਹਨੂੰ ਇਉਂ ਲੱਗ ਰਿਹਾ ਸੀ ਜਿਵੇਂ ਇੱਕ লাশ ਬਾਕੀ ਲਾਸ਼ਾਂ ਨਾਲੋਂ ਇੱਕ ਮੀਲ ਦੇ فاਸਲੇ ਉੱਤੇ ਪਈ ਹੋਵੇ ਬਸ ਸ਼ੁਕਰੀਆ ਦੋਸਤੋ